ਪਹਿਲੇ ਹਫ਼ਤੇ ਦੀ ਪਹਿਲੀ ਫਿਲਮ ਹੈ ਅਤੇ ਬਹੁਤ ਹੀ ਸੁਪਰ ਡੁਪਰ ਹਿੱਟ ਹੋਈ ਹੈ, ਅਤੇ ਜੇਕਰ ਮੈਂ ਗੱਲ ਕਰਾਂ ਮਤਲਬ ਸੀਨ ਜਿਹੜੇ ਨੇ ਉਹ ਇੱਕਦਮ ਹਜੇ ਵੀ ਅੱਖਾਂ ਦੇ ਸਾਹਮਣੇ ਘੁੰਮ ਰਹੇ ਨੇ, ਮਤਲਬ ਇੰਨੀ ਨੈਚੁਰਲ ਐਕਟਿੰਗ ਹੈ। ਮੈਂ ਬਹੁਤ ਓਵਰਵੈਲਮਡ ਹਾਂ, ਮੈਨੂੰ ਪੁੱਛ ਰਿਹਾ ਤੁਹਾਡਾ ਆਪਣਾ ਕੰਮ ਬਾਰੇ ਕਿੱਦਾਂ ਲੱਗਿਆ, ਤੁਹਾਨੂੰ ਆਪਣਾ, ਮੈਨੂੰ ਆਪਣਾ ਵਾਲਾ ਯਾਦ ਹੀ ਨਹੀਂ ਆ ਰਿਹਾ ਮੈਂ ਕੀ ਕੀਤਾ। ਆਈ ਵਾਜ਼ ਜਸਟ ਵੈਰੀ ਮੱਚ ਇਨਟੂ ਕੇ ਯਾਰ ਆਪਾਂ ਉਹ ਜਿਹੜੀ ਸੋਚ ਹੈਗੀ ਉਹ ਪਹੁੰਚ ਗਈ ਉੱਥੇ ਤੱਕ। ਹੈ ਨਾ ਜਦੋਂ ਆਪਾਂ ਫਿਲਮ ਕਰ ਰਹੇ ਨਾ ਤਾਂ ਇਹੀ ਲੱਗਦਾ ਸੀ ਚਲੋ ਯਾਰ ਆਪਣੇ ਘਰ ਦੇ ਬੰਦੇ ਨੇ, ਚਲੋ ਬੜੀ ਵੈਰੀ ਹੰਬਲ। ਅੱਜ ਮੈਂ ਉਹ ਇੱਕ ਇੱਕ ਬੰਦੇ ਨੂੰ ਮਿਲ ਕੇ ਨਾ ਮੈਂ ਉਹਨਾਂ ਨੂੰ ਥੈਂਕ ਯੂ ਕਹਿ ਰਿਹਾ, ਕਿਉਂਕਿ ਮੈਂ ਇਸ ਫਿਲਮ ਦੇ ਵਿੱਚ ਸਭ ਤੋਂ ਜੂਨੀਅਰ ਆਰਟਿਸਟ ਹੈਗਾ ਜੀ, ਸਾਰੇ ਵੱਡੇ ਸੀਨੀਅਰ ਬੰਦੇ ਨੇ। ਕਿਰਪਾ ਨੇ ਸਭ ਨੇ ਤਾੜੀਆਂ ਵੀ ਵਜਾਈਆਂ ਤਿੰਨ ਚਾਰ ਸੀਨਾਂ ਦੇ ਵਿੱਚ ਵਿੱਚ, ਤਦ ਅਸੀਂ ਇੱਥੇ ਪਹੁੰਚੇ। ਮੈਂ ਇੱਕ ਇੱਕ ਨੂੰ ਮਤਲਬ ਔਨ ਟੀ ਵੀ ਸਭ ਨੂੰ ਉਹਨਾਂ ਨੂੰ ਥੈਂਕ ਯੂ ਕਰਦਾ ਜੀ, ਉਹਨਾਂ ਨੇ ਥੋੜ੍ਹਾ ਜਿਹਾ ਵਿਸ਼ਵਾਸ ਰੱਖਿਆ ਇਸ ਚੀਜ਼ ਦੇ ਉੱਤੇ, ਹੈ ਨਾ, ਨਹੀਂ ਤਾਂ ਕੌਣ ਕੰਮ ਕਰਦਾ ਜੂਨੀਅਰ ਨਾਲ, ਕੋਈ ਨਹੀਂ ਕਰਦਾ। ਸੋ ਫਾਈਨਲੀ ਜੇਕਰ ਗੱਲ ਕਰੀਏ ਜੱਟਾ ਡੋਲੀ ਨਾਲ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ, ਤਾਂ ਸਾਡੇ ਨਾਲ ਹੀਰੋ ਮੌਜੂਦ ਨੇ ਕਿਰਨਦੀਪ ਪ੍ਰਿਆ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਇਸ ਕਾਇਨ ਵਿੱਚ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਵਧਾਈਆਂ ਸਭ ਤੋਂ ਪਹਿਲਾਂ ਤਾਂ। ਹਾਂਜੀ ਵਧਾਈਆਂ ਤਾਂ ਬਣਦੀਆਂ ਜੀ, ਜ਼ਰੂਰ ਲਵਾਂਗੇ, ਜਿੰਨੀਆਂ ਦੇਵੋਗੇ ਉਨੀਆਂ ਲਵਾਂਗੇ, ਮਨਾ ਹੀ ਨਹੀਂ ਕਰਾਂਗੇ, ਜਿੰਨੀਆਂ ਦੇਈ ਚੱਲੋ ਬਸ ਕੋਈ ਚੱਕਰ ਨਹੀਂ। ਦਰਸ਼ਕਾਂ ਦੇ ਨਾਲ ਅਸੀਂ ਗੱਲ ਕੀਤੀ, ਉਹ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੋ, ਤੁਹਾਡੀ ਐਕਟਿੰਗ ਨੂੰ ਜੇਕਰ ਗੱਲ ਕਰੀਏ, ਸਿੱਖ ਮਾਰਸ਼ਲ ਆਰਟਸ ਨੂੰ ਜੇਕਰ, ਮਤਲਬ ਕੀ ਕਹਿਣਾ ਚਾਹੋਗੇ ਦਰਸ਼ਕਾਂ ਜੀ? ਮੈਨੂੰ ਤਾਂ ਲੱਗਦਾ ਜਿਵੇਂ ਇੱਕ ਮਾਂ ਆਉਂਦੀ ਜਦੋਂ ਬੱਚਾ ਕਨਸੀਵ ਕਰਦੀ ਹੈ ਨਾ, ਉਸ ਵੇਲੇ ਜਦੋਂ ਉਹਦਾ ਬੱਚਾ ਡਿਲੀਵਰ ਹੁੰਦਾ, ਜੋ ਮੈਂ ਤਾਂ ਹੁਣ ਮੇਲ ਹੈਗਾ, ਇੱਕ ਫੀਮੇਲ ਕੀ ਫੀਲ ਕਰਦੀ ਹੋਏਗੀ ਨਾ ਉਸ ਵੇਲੇ, ਮੈਨੂੰ ਇਹੋ ਜਿਹਾ ਲੱਗਣ ਡਿਆ ਅੰਦਰੋਂ। ਆਈ ਕੈਨ ਫੀਲ ਕਿ ਅਗਰ ਅਸੀਂ ਉਹ ਟੋਪਿਕ ਅਸੀਂ ਜੋ ਮੈਂ ਸੋਚਿਆ ਸੀ, ਇੱਕ ਸੋਚ ਨਾਲ ਤੁਰਿਆ ਸੀ, ਅੱਜ ਮਹਾਰਾਜ ਦੀ ਕਿਰਪਾ ਨਾਲ ਸੀ ਉਹ ਸੋਚ ਪੂਰੀ ਹੋਈ ਹੈ ਨਾ, ਅਤੇ ਮੈਂ ਬਹੁਤ ਓਵਰਵੈਲਮ ਹਾਂ। ਮੈਨੂੰ ਪੁੱਛ ਰਿਹਾ ਤੁਹਾਡਾ ਆਪਣਾ ਕੰਮ ਬਾਰੇ ਕਿੱਦਾਂ ਲੱਗਿਆ, ਤੁਹਾਨੂੰ ਆਪਣਾ, ਮੈਨੂੰ ਆਪਣਾ ਵਾਲਾ ਯਾਦ ਹੀ ਨਹੀਂ ਆ ਰਿਹਾ ਮੈਂ ਕੀ ਕੀਤਾ। ਆਈ ਵਾਜ਼ ਜਸਟ ਵੈਰੀ ਮੱਚ ਇਨਟੂ ਕੇ ਯਾਰ ਆਪਾਂ ਉਹ ਜਿਹੜੀ ਸੋਚ ਹੈਗੀ ਉਹ ਪਹੁੰਚ ਗਈ ਉੱਥੇ ਤੱਕ, ਹੈ ਨਾ। ਗੱਤਕੇ ਨੂੰ ਅਸੀਂ ਇਸ ਵੇ ਦੇ ਵਿੱਚ ਪ੍ਰਜੈਂਟ ਕੀਤਾ ਜਿੱਦਾਂ ਸੋਚਿਆ ਸੀ ਵੀ ਮਰਿਆਦਾ ਨਾ ਹਰਟ ਹੋਵੇ ਕਿਸੇ ਦੀ, ਹੈ ਨਾ, ਸਿੱਖ ਮਰਿਆਦਾ ਜਾਂ ਗੱਤਕੇ ਦੀ ਮਰਿਆਦਾ ਨਾ ਹਾਨੀ ਹੋਵੇ ਕਿਸੇ ਤਰ੍ਹਾਂ ਦੇ ਵਿੱਚ। ਮਹਾਰਾਜ ਦੀ ਕਿਰਪਾ ਨੇ ਸਭ ਨੇ ਤਾਲੀਆਂ ਵੀ ਵਜਾਈਆਂ ਤਿੰਨ ਚਾਰ ਸੀਨਾਂ ਦੇ ਵਿੱਚ ਵਿੱਚ, ਅਤੇ ਬਹੁਤ ਵਧੀਆ, ਮੈਨੂੰ ਹੁਣ ਵੀ ਸੁਣ ਰਹੀਆਂ ਤਾਲੀਆਂ। ਜੇਕਰ ਮੈਂ ਗੱਲ ਕਰਾਂ ਕਿ ਪਹਿਲੇ ਹਫ਼ਤੇ ਦੀ ਪਹਿਲੀ ਫਿਲਮ ਹੈ ਅਤੇ ਬਹੁਤ ਹੀ ਸੁਪਰ ਡੁਪਰ ਹਿੱਟ ਹੋਈ ਹੈ, ਅਤੇ ਜੇਕਰ ਮੈਂ ਗੱਲ ਕਰਾਂ ਮਤਲਬ ਸੀਨ ਜਿਹੜੇ ਨੇ ਉਹ ਇੱਕਦਮ ਹਜੇ ਵੀ ਅੱਖਾਂ ਦੇ ਸਾਹਮਣੇ ਘੁੰਮ ਰਹੇ ਨੇ, ਮਤਲਬ ਇੰਨੀ ਨੈਚੁਰਲ ਐਕਟਿੰਗ ਕਿਵੇਂ? ਨੈਚੁਰਲ ਐਕਟਿੰਗ ਕਿਵੇਂ ਮੈਨੂੰ ਨਹੀਂ ਪਤਾ ਜੀ, ਮੈਂ ਆਈ ਥਿੰਕ ਮੈਂ ਐਕਟਿੰਗ ਸਿੱਖੀ ਨਹੀਂ ਹੈ ਕਿਤੋਂ ਵੀ, ਜੋ ਕੁਛ ਵੀ ਸਿੱਖਿਆ ਮੈਨੂੰ ਮੈਂ ਸਾਡੇ ਡਾਇਰੈਕਟਰ ਭੁਪਿੰਦਰ ਸਿੰਘ ਜੀ ਹੈਗੇ, ਉਹਨਾਂ ਨੇ ਮੈਨੂੰ ਦੱਸਿਆ ਜੋ ਵੀ ਅਸੀਂ ਬਰੀਫ ਕੀਤਾ ਉਹਨਾਂ ਨੇ, ਅਤੇ ਹੋਰ ਤਾਂ ਮੈਨੂੰ ਲੱਗਦਾ ਮੈਂ ਐਕਚੁਲੀ ਮੈਂ ਕਿਤੋਂ ਕੋਈ ਕਲਾਸਿਸ ਨਹੀਂ ਲਈਆਂ, ਕਿਤੋਂ ਕੁਛ ਨਹੀਂ ਲਿਆ, ਬਸ ਉਹਨਾਂ ਦੀ ਆਈ ਥਿੰਕ ਗਾਈਡੈਂਸ ਦੇ ਅੰਡਰ ਪਹੁੰਚੇ ਹਾਂ, ਅਤੇ ਜਦੋਂ ਅਸੀਂ ਕਿਸੇ ਚੀਜ਼ ਨੂੰ ਦਿਲੋਂ ਚਾਹੁੰਦੇ ਹਾਂ, ਦਿਲੋਂ ਪਿਆਰ ਕਰਦੇ ਹਾਂ, ਉਹ ਚੀਜ਼ ਆਪਣਾ ਸੁੰਦਰ ਬਣ ਜਾਂਦੀ ਹੁੰਦੀ। ਅੱਛਾ, ਫਿਲਮ ਦੇ ਵਿੱਚ ਕਾਫੀ ਵੱਡੇ ਸਟਾਰ ਕਾਸਟ ਹੈ, ਜੇਕਰ ਮੈਂ ਗੱਲ ਕਰਾਂ ਜਰਨੈਲ ਜੀ ਵੀ ਨੇ ਅਤੇ ਹੋਰ ਵੀ ਵਧੇਰੇ ਕਾਸਟ ਨੇ, ਤਾਂ ਉਹਨਾਂ ਦੇ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ? ਮੈਂ ਹੁਣੇ ਯਕੀਨ ਮੰਨਣਾ, ਮੈਂ ਇਹ ਫਿਲਮ ਨੂੰ ਇੱਧਰ ਦੇਖਣ ਤੋਂ ਬਾਅਦ ਨਾ ਇਹਦੇ ਬਣਦੇ ਤੱਕ ਵਿੱਚ ਅਸੀਂ ਕਈ ਵਾਰੀ ਮਿਲੇ, ਜਰਨੈਲ ਬਾਈ ਨੂੰ ਵੀ ਮਿਲੇ, ਆਪਣੇ ਨਰਿੰਦਰ ਨੀਨਾ ਭਾਅ ਜੀ ਨੇ, ਸ਼ਿਵਿੰਦਰ ਭਾਅ ਜੀ ਨੇ, ਪ੍ਰਭ ਗਰੇਵਾਲ ਹੈਗੇ ਆ, ਸਨੀ ਗਿੱਲ ਭਾਅ ਜੀ ਨੇ, ਸੰਤੋਸ਼ ਮਲਹੋਤਰਾ ਮੈਡਮ ਨੇ, ਜਾਂ ਪਰਮਿੰਦਰ ਗਿੱਲ ਮੈਡਮ ਨੇ, ਸਾਰੇ ਵੱਡੇ ਸਟਾਰ ਨੇ, ਕਈ ਵਾਰ ਮਿਲੇ। ਜਦੋਂ ਆਪਾਂ ਫਿਲਮ ਕਰ ਰਹੇ ਨਾ ਤਾਂ ਇਹੀ ਲੱਗਦਾ ਸੀ ਚਲੋ ਯਾਰ ਆਪਣੇ ਘਰ ਦੇ ਬੰਦੇ ਨੇ, ਚਲੋ ਬੜੀ ਵੈਰੀ ਹੰਬਲ। ਅੱਜ ਮੈਂ ਉਹ ਇੱਕ ਇੱਕ ਬੰਦੇ ਨੂੰ ਮਿਲ ਕੇ ਨਾ ਮੈਂ ਉਹਨਾਂ ਨੂੰ ਥੈਂਕ ਯੂ ਕਹਿ ਰਿਹਾ, ਕਿਉਂਕਿ ਮੈਂ ਇਸ ਫਿਲਮ ਦੇ ਵਿੱਚ ਸਭ ਤੋਂ ਜੂਨੀਅਰ ਆਰਟਿਸਟ ਹੈਗਾ ਜੀ, ਸਾਰੇ ਵੱਡੇ ਸੀਨੀਅਰ ਬੰਦੇ ਨੇ, ਉਹਨਾਂ ਨੇ ਹਾਂ ਕੀਤੀ ਇਸ ਪ੍ਰੋਜੈਕਟ ਦੇ ਵਿੱਚ, ਤਦ ਅਸੀਂ ਇੱਥੇ ਪਹੁੰਚੇ। ਮੈਂ ਇੱਕ ਇੱਕ ਨੂੰ ਮਤਲਬ ਔਨ ਟੀ ਵੀ ਸਭ ਨੂੰ ਉਹਨਾਂ ਨੂੰ ਥੈਂਕ ਯੂ ਕਰਦਾ ਜੀ, ਉਹਨਾਂ ਨੇ ਥੋੜ੍ਹਾ ਜਿਹਾ ਵਿਸ਼ਵਾਸ ਰੱਖਿਆ ਇਸ ਚੀਜ਼ ਦੇ ਉੱਤੇ, ਹੈ ਨਾ, ਨਹੀਂ ਤਾਂ ਕੌਣ ਕੰਮ ਕਰਦਾ ਜੂਨੀਅਰ ਨਾਲ, ਕੋਈ ਨਹੀਂ ਕਰਦਾ। ਬਿਲਕੁਲ, ਥੈਂਕ ਯੂ ਸੋ ਮਚ ਕਿਰਨਦੀਪ ਪ੍ਰਿਆ ਜੀ।